ਲੁੱਟਾਂ ਖੋਹਾਂ ਅਤੇ ਚੋਰੀ ਦੀਆਂ ਵਾਰਦਾਤਾਂ ਅਕਸਰ ਹੀ ਸਾਹਮਣੇ ਆ ਰਹੀਆਂ ਨੇ ਤੇ ਹੁਣ ਇੱਕ ਹੋਰ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਇੱਕ ਨਰਸਿੰਗ ਹੋਮ ਦੇ ਬਾਹਰੋਂ ਇੱਕ ਚੋਰ ਮਿੰਟਾਂ ਸਕਿੰਟਾਂ ਦੇ ਵਿੱਚ ਬਾਈਕ ਚੋਰੀ ਕਰਕੇ ਫਰਾਰ ਹੋ ਗਿਆ। ਇਹ ਤਸਵੀਰਾਂ ਨਰਸਿੰਗ ਹੋਮ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀਆਂ ਨੇ ਜਿਸ ਦੇ ਵਿੱਚ ਵੇਖਿਆ ਜਾ ਸਕਦਾ ਹੈ ਕਿ ਇਹ ਸ਼ਖਸ ਬਾਈਕ ਦੇ ਆਲੇ ਦੁਆਲੇ ਘੁੰਮਦਾ ਹੋਇਆ ਨਜ਼ਰ ਆਉਂਦਾ ਹੈ ਅਤੇ ਜਿਵੇਂ ਹੀ ਇਸ ਚੋਰ ਨੂੰ ਮੌਕਾ ਮਿਲਦਾ ਇਹ ਬਾਈਕ ਦੇ ਵਿੱਚ ਚਾਬੀ ਲਗਾਉਂਦਾ ਹੈ ਤੇ ਬਾਈਕ ਚੋਰੀ ਕਰਕੇ ਫਰਾਰ ਹੋ ਜਾਂਦਾ ਹੈ। ਜਾਣਕਾਰੀ ਮੁਤਾਬਿਕ ਜਿਸ ਵਿਅਕਤੀ ਦੀ ਇਹ ਬਾਈਕ ਚੋਰੀ ਹੋਈ ਹੈ ਉਹ ਨਰਸਿੰਗ ਹੋਮ ਦਾ ਹੀ ਸਟਾਫ ਮੈਂਬਰ ਸੀ। ਫਿਲਹਾਲ ਹੁਣ ਪੁਲਿਸ ਨੇ ਸੀਸੀਟੀਵੀ ਕੈਮਰੇ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਹੈ ਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਇਹ ਘਟਨਾ ਫਿਲੌਰ ਤੋਂ ਸਾਹਮਣੇ ਆਈ ਹੈ ਜਿੱਥੇ ਇਸ ਚੋਰ ਵੱਲੋਂ ਬੜੀ ਹੀ ਚਲਾਕੀ ਦੇ ਨਾਲ ਬਾਈਕ ਨੂੰ ਚੋਰੀ ਕੀਤਾ ਗਿਆ ਹੈ। ਰਾਤੀ ਕੰਮ ਤੇ ਆਏ ਜਦੋਂ ਬਾਹਰ ਬਾਈਕ ਖੜੀ ਕੰਮ ਤੇ ਜਾ ਘਰੇ ਜਾਣ ਲੱਗਾ ਸੀਗਾ। ਹਾਂਜੀ ਉਦੋਂ ਨੇ ਮੇਰੀ ਬਾਈਕ ਬਾਹਰ ਹੈ ਨਹੀਂ ਸੀਗੀ, ਫਿਰ ਮੈਂ ਕੈਮਰੇ ਕੁਮਰੇ ਚੈੱਕ ਕਰਵਾਏ ਫਿਰ 1:04 ਦਾ ਟਾਈਮ ਆਇਆ ਬੰਦਾ ਉਦੋਂ ਲੈ ਗਿਆ ਬਾਈਕ। ਕਿੱਥੇ ਕੰਮ ਕਰਦੇ ਹੋ? ਮਾਥੇ ਅਰੋੜਾ ਹਸਪੀਟਲ ਫਾਰਮੇਸੀ ਦੇ ਕੰਮ ਕਰਦਾ। ਅਰੋੜਾ ਹਸਪੀਟਲ? ਹਾਂਜੀ। ਕੀ ਤੁਸੀਂ ਕੀ ਕੰਮ ਕਰਦੇ ਹੋ? ਇੱਥੇ ਫਾਰਮੇਸੀ ਦੇ ਵੀ ਕੰਮ ਕਰਦਾ। ਫਾਰਮੇਸੀ ਦਾ? ਕਿੰਨੇ ਵਜੇ ਨਾਲ ਮੋਟਰਸਾਈਕਲ ਚੱਕ ਹੋਇਆ? 1:04 ਦਾ ਟਾਈਮ ਸੀ। ਸੀਸੀਟੀਵੀ ਕੈਮਰੇ ਜਾਉਂਦਾ? ਹਾਂਜੀ ਬੰਦੇ ਦੀ ਫੋਟੋ ਨਹੀਂ ਚੰਗੀ ਤਰ੍ਹਾਂ ਦੀ ਉਦਾਂ ਆਉਂਦਾ ਆ ਰਿਹਾ ਲੈ ਕੇ ਜਾਂਦਾ ਨਾ। ਹਾਂਜੀ ਹਾਂਜੀ। ਕੀ ਨੰਬਰ ਹੈ ਮੋਟਰਸਾਈਕਲ ਤੁਹਾਡੇ ਦਾ? PP08EU4468। ਕੀ ਥਾਣੇ ਦਰਖਾਸਤ ਵਗੈਰਾ ਦਿੱਤੀ? ਹਾਂਜੀ ਦੇ ਦਿੱਤੀ। ਕੀ ਮੰਗ ਕਰਦੇ ਹੋ? ਮੰਗ ਕੁਛ ਵੀ ਨਹੀਂ, ਉਹ ਕਹਿੰਦੇ ਬਸ ਅਸੀਂ ਪਤਾ ਕਰਦੇ ਹਾਂ। ਸਾਡੇ ਜਿਹੜਾ ਆਪਣਾ ਡਰੱਗ ਸਟੋਰ ਲੜਕੇ ਹੈਗਾ ਗਗਨ ਡਿਊਟੀ 'ਤੇ, ਉਹਦਾ ਮੋਟਰਸਾਈਕਲ ਬਾਅਦ ਪਿਆ ਸੀਗਾ 12:00 ਵਜੇ ਉਹਦਾ ਮੋਟਰਸਾਈਕਲ ਉੱਥੋਂ ਚਲਾ ਗਿਆ, ਪਤਾ ਸੁਬਾਹ ਲੱਗਿਆ। ਠੀਕ ਹੈ। ਫਿਰ ਸੀਸੀਟੀਵੀ ਕੈਮਰੇ 'ਚ ਦੇਖਿਆ ਬੰਦਾ ਆਰਾਮ ਨਾਲ ਆ ਕੇ ਚਾਬੀ ਲਾ ਕੇ ਮੋਟਰਸਾਈਕਲ ਲੈ ਕੇ ਜਾਂਦਾ ਪਿਆ, ਨਾ ਕਿ ਮੂੰਹ 'ਤੇ ਕੱਪੜਾ ਬਣਾਇਆ, ਮੂੰਹ 'ਤੇ ਸਾਫ ਨਜ਼ਰ ਆਉਂਦਾ ਪਿਆ ਮੂੰਹ ਵੀ। ਹਾਂਜੀ ਸਾਨੂੰ ਦਰਖਾਸਤ ਹੈਗੀ ਹੈ ਸਾਰੇ ਪ੍ਰਸ਼ਾਸਨ 'ਤੇ ਵੀ ਉਹਨਾਂ ਨੂੰ ਅਰੈਸਟ ਕਰਨ ਦਾ। ਹਾਂ ਇੱਕ ਸਾਡਾ 2 ਸਾਲ ਪਹਿਲਾਂ ਵੀ ਡੇ ਟਾਈਮ 'ਤੇ ਅਰਾਊਂਡ 2:30 ਵਜੇ ਮੋਟਰਸਾਈਕਲ ਬਾਹਰੋਂ ਲੈ ਕੇ ਗਿਆ ਅਤੇ ਮੰਦਰ ਅੱਗੇ ਖੜਾ ਸੀਗਾ, ਉਹ ਆਪਣਾ ਸਟਾਫ ਸੀਗਾ ਦਲਜੀਤ ਹੁੰਦਾ। ਕੀ ਤੁਸੀਂ ਦਰਖਾਸਤ ਵਗੈਰਾ ਦੇ ਉਦੋਂ ਦਿੱਤੀਆਂ ਸੀਗੀਆਂ? ਕੋਈ ਹੁਣ ਦਿੱਤੀ, ਅੱਜ ਅੱਜ ਦਿੱਤੀ। ਕੀ ਮੰਗ ਕਰਦੇ ਜਿਹੜੀਆਂ ਇੱਦਾਂ ਵਾਰਦਾਤਾਂ ਹੋ ਰਹੀਆਂ? ਹੋਰ ਕੀ ਜਾਣ ਨਾ, ਅਸੀਂ ਤਾਂ ਚਲੋ ਪੰਜਾਬ ਹੀ ਦਿੱਤਾ, ਉੱਥੇ ਬਾਕੀ ਕੀ ਪੰਜਾਬ ਨਹੀਂ ਸਕਦੇ ਗੇ ਕਿ ਨਹੀਂ ਕਰ। ਮੈਂ ਦੇਖਿਆ ਜਿੱਦਾਂ ਬਾਹਰ ਅਸੀਂ ਇਹਨੂੰ ਜਲਦੀ ਸੀਸੀਟੀਵੀ ਕੈਮਰੇ ਤੇ ਟ੍ਰੇਸ ਕਰ ਲਵਾਂਗੇ। ਓਕੇ ਕੀ ਲੱਗਦਾ ਅਣਪਛਾਤਾ ਵਿਅਕਤੀ ਉਹਨੇ ਮੂੰਹ ਨਹੀਂ ਬੰਨਿਆ ਵੈਸੀ? ਆ ਅਸੀਂ ਹੁਣ ਚੈੱਕ ਕਰ ਕੀਤਾ ਆ, ਅੱਗੇ ਇਹਨੂੰ ਅਸੀਂ ਸਾਰੇ ਕੈਮਰੇ ਚੈੱਕ ਕਰਕੇ ਜਲਦੀ ਫੜ ਲਾਂਗੇ, ਕਿਉਂਕਿ ਪਹਿਲੇ ਵੀ ਤੁਸੀਂ ਦੇਖਿਆ ਹੀ ਆ ਕਿ ਆਪਾਂ ਕਿੰਨਾ ਵੱਡੇ ਗੈਂਗ ਫੜੇ ਆ, ਉਹਨਾਂ ਕੋਲੋਂ ਕਾਫੀ ਮੋਟਰਸਾਈਕਲ ਰਿਕਵਰ ਹੋਏ ਆ, ਇਹਨੂੰ ਵੀ ਅਸੀਂ ਜਲਦੀ ਫੜ ਲਾਂਗੇ। ਉਹ ਤਾਂ ਜੋ ਕਾਨੂੰਨੀ ਕਾਰਵਾਈ ਬਣਦੀ ਉਹ ਤਾਂ ਹੋਏਗੀ ਅਵਸ਼।